ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਲੱਕੀਰ ਵਾਲੀ, ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਟੀਮ ਪੰਜਾਬੀ ਦੀ ਟੀਮ ਅੱਜ ਪਹੁੰਚੀ ਹੋਈ ਹੈ ਪਿੰਡ ਸਮੀਪੁਰ, ਜਿੱਥੇ ਕਿ ਕੱਲ੍ਹ ਨੂੰ 14 ਅਤੇ 15 ਮਾਰਚ ਨੂੰ ਕਬੱਡੀ ਦੇ ਮੁਕਾਬਲੇ ਹੋਣ ਜਾ ਰਹੇ ਆ। ਕਬੱਡੀ ਦਾ ਟੂਰਨਾਮੈਂਟ, ਜਿਹੜਾ ਦੂਸਰਾ ਪੇਂਡੂ ਖੇਡ ਮੇਲਾ ਹੋਣਾ, 14 ਤਰੀਕ ਨੂੰ ਹੋਵੇਗਾ ਸ਼ੁਰੂ ਇਹ ਮੇਲਾ ਕੱਲ੍ਹ ਤੋਂ। ਅੱਜ ਇੱਥੇ ਕਮੇਟੀ ਦੇ ਸਾਰੇ ਮੈਂਬਰਾਂ ਮੇਰੇ ਨਾਲ ਖੜ੍ਹੇ ਨੇ, ਪ੍ਰਧਾਨ ਸਾਹਿਬ ਵੀ ਨੇ ਅਤੇ ਕੁਲਵੰਤ ਸੰਧੂ ਸਾਹਿਬ ਵੀ ਨੇ, ਸਾਡੇ ਪਹੁੰਚੇ ਹੋਏ ਨੇ ਕੈਨੇਡਾ ਤੋਂ। ਸੋ ਅੱਜ ਇੱਥੇ ਗੱਲਾਂ ਬਾਤਾਂ ਕਰਦੇ ਹਾਂ ਕੱਲ੍ਹ ਨੂੰ ਕਿਹੋ ਜਿਹੇ ਮੁਕਾਬਲੇ ਹੋਣਗੇ ਔਰ ਕਿੰਨੀ ਕੁ ਤਿਆਰੀ ਉਹਨਾਂ ਨੇ ਕੀਤੀ ਹੋਈ ਆ। ਅੱਜ ਸਮੀਪੁਰ, ਪਿੰਡ ਸਮੀਪੁਰ ਦੇ ਵਿੱਚ ਉਹਨਾਂ ਦੀ ਗਰਾਊਂਡ ਵੀ ਅੱਜ ਰੈਡੀ ਕਰ ਰਹੇ ਨੇ, ਉਹ ਕਰਦੇ ਹਾਂ ਸਵਾਗਤ। ਸਭ ਤੋਂ ਪਹਿਲਾਂ ਜਗਜੀਤ ਸਿੰਘ ਜੱਗੀ ਸਮੀਪੁਰ, ਪ੍ਰਧਾਨ ਠੇਕੇਦਾਰ ਸਾਹਿਬ। ਪ੍ਰਧਾਨ ਸਾਹਿਬ, ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਦੇ। ਸਵਾਗਤ ਹੈ ਜੀ। ਲੱਕੀ ਭਾਅ ਜੀ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਪਿੰਡ ਟੀਮ ਪੰਜਾਬੀ ਦੀ ਟੀਮ ਲੈ ਕੇ ਪਹੁੰਚੇ ਹਾਂ ਅਤੇ ਅਸੀਂ ਤੁਹਾਡਾ ਜੀ ਆਇਆਂ ਕਰਦੇ ਹਾਂ। ਥੈਂਕ ਯੂ ਜੀ। ਅਤੇ ਬਾਕੀ ਸਾਡੇ NRI ਵੀਰ ਔਰ ਦੇਖਣ ਵਾਲੇ ਜਿੰਨੇ ਵੀ ਪੂਰੇ ਵਰਲਡ ਦੇ ਵਿੱਚ ਲੋਕ ਇਹ ਚੀਜ਼ ਨੂੰ ਦੇਖਣਗੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸੋ ਮੱਚ। ਪ੍ਰਧਾਨ ਸਾਹਿਬ, ਕਿਹੋ ਜਿਹਾ ਲੱਗ ਰਿਹਾ ਇਸ ਸਾਲ ਕਮੇਟੀ ਜਿਹੜੇ ਤੁਹਾਡੇ ਨਾਲ ਸਹਿਯੋਗ ਦੇ ਰਹੇ ਨੇ ਸਾਰੇ ਕਮੇਟੀ ਮੈਂਬਰਸ, ਉਹਨਾਂ ਬਾਰੇ ਵੀ ਦੱਸੋ ਅਤੇ ਕਿਹੋ ਜਿਹਾ ਟੂਰਨਾਮੈਂਟ ਹੋਵੇਗਾ? ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ। ਮੇਰੇ ਨਾਲ ਸਾਰੇ ਮੇਰੇ ਭਰਾ ਆ, ਮੈਂਬਰ ਕੋਈ ਨਹੀਂ ਗਾ, ਇਹ ਤਾਂ ਅਸੀਂ ਸਿਰਫ ਇੱਕ ਨਾਂ ਰੱਖਿਆ ਉਸ ਚੀਜ਼ ਦਾ। ਮੇਰੇ ਸਾਰੇ ਭਰਾ ਹੀ ਆ, ਮੇਰੇ ਵੱਡੇ ਛੋਟੇ ਸਾਰੇ, ਪੂਰਾ ਉਹਨਾਂ ਦਾ ਸਹਿਯੋਗ ਆ। ਕਿਆ ਬਾਤ ਹੈ। ਅੱਛਾ ਪ੍ਰਧਾਨ ਸਾਹਿਬ, ਕਿੰਨੀਆਂ ਟੀਮਾਂ ਪਹੁੰਚ ਰਹੀਆਂ? ਕੱਲ੍ਹ ਨੂੰ ਸ਼ੁਰੂ ਆ 14 ਤਰੀਕ ਨੂੰ। ਹਾਂਜੀ, ਕਾਫੀ ਟੀਮਾਂ ਦੇ ਸਾਨੂੰ ਫੋਨ ਆਏ ਆ, ਹਰਿਆਣੇ 'ਚੋਂ ਵੀ ਫੋਨ ਆਏ ਆ, ਬਾਹਰੋਂ ਦੂਰੋਂ ਦੂਰੋਂ, ਕਾਫੀ ਬਠਿੰਡੇ ਤੋਂ, ਇੱਧਰੋਂ ਪੂਰੇ ਪੰਜਾਬ 'ਚੋਂ ਵੀ, ਬਾਹਰਲੀਆਂ ਸਟੇਟਾਂ 'ਚੋਂ ਵੀ ਫੋਨ ਆਉਂਦੇ ਆ ਅਤੇ ਕਾਫੀ ਸਹਿਯੋਗ ਆ ਸਾਰਿਆਂ ਦਾ। ਕੁਛ ਟੀਮਾਂ ਅਸੀਂ ਐਂਟਰ ਵੀ ਕਰ ਲਈਆਂ ਅਤੇ ਕਾਫੀ ਬਹੁਤ ਉੱਚ ਕੋਟੀ ਦੇ ਪਲੇਅਰ ਪਹੁੰਚ ਰਹੇ ਇੱਥੇ। ਕਿੰਨਾ ਪ੍ਰਾਈਜ਼ ਹੈ ਜੀ ਤੁਹਾਡੇ ਟੂਰਨਾਮੈਂਟ 'ਤੇ, ਫਸਟ ਸੈਕਿੰਡ ਅਤੇ ਕੀ ਬੈਸਟਾਂ ਨੂੰ ਦੇ ਰਹੇ ਹੋ? ਅਸੀਂ 1 ਲੱਖ ਰੁਪਈਆ ਸਾਡਾ ਹੈਗਾ ਜੀ ਫਸਟ ਨਾਮ, ਸੈਕਿੰਡ 75,000 ਰੁਪਈਆ। ਫਸਟ ਦੇ ਰਹੇ ਆਪਣੇ ਛਿੰਦਰ ਭਾਅ ਜੀ UK ਵਾਲੇ ਅਤੇ ਸੈਕਿੰਡ ਪ੍ਰਾਈਜ਼ ਵਿਜੇ ਕੰਵਰ ਪ੍ਰਤਾਪ ਜੀ ਉਹ ਦੇ ਰਹੇ ਆ ਅਤੇ ਬੈਸਟ ਰੇਡਰ ਬੈਸਟ ਜਾਪੀ ਨੂੰ 21,000 ਰੁਪਈਆ ਗੁਰਦੀਪ ਸਿੰਘ ਦੀਪਾ ਅਤੇ ਰਣਜੀਤ ਸਿੰਘ ਭੁੱਲਰ ਜੀ ਦੇ ਰਹੇ ਆ ਅਤੇ ਬਾਕੀ ਸਾਰੇ 31,000 ਰੁਪਈਆ ਸਾਡਾ 65 ਕਿਲੋ ਦਾ ਜੀ, 21,000 ਰੁਪਈਆ ਸੈਕਿੰਡ ਦਾ, 52 ਨੂੰ ਹੈਗਾ 21,000 ਰੁਪਈਆ ਫਸਟ ਦਾ, 15,000 ਰੁਪਈਆ ਸੈਕਿੰਡ ਦਾ ਜੀ। ਅੱਛਾ, ਜਿਹੜੀਆਂ ਓਪਨ ਦੀਆਂ ਟੀਮਾਂ ਇਹ ਸਿਰਫ ਸੱਦੀਆਂ ਹੋਈਆਂ ਜੀ ਖੇਡ ਰਹੀਆਂ ਜਾਂ ਇੱਥੇ 3 ਪਲੇਅਰ ਬਾਹਰੋਂ ਆ ਜਿਵੇਂ ਕਿ ਤੁਹਾਡੇ ਹੋਰ ਵੀ ਟੀਮਾਂ ਤੁਸੀਂ ਐਂਟਰ ਕਰ ਰਹੇ ਹੋ? ਅਸੀਂ ਸੱਦੀਆਂ ਟੀਮਾਂ ਵੀ ਆ ਤਕਰੀਬਨ, ਬਾਕੀ ਜਿਹੜੀਆਂ ਕੱਲ੍ਹ ਐਂਟਰੀਆਂ ਹੋ ਜਾਣਗੀਆਂ ਸਾਡੀਆਂ ਅਤੇ ਤਕਰੀਬਨ ਕੋਈ 16 ਕੁ ਟੀਮਾਂ ਦਾ ਸਾਡਾ ਹੈਗਾ ਜੀ ਇੰਤਜ਼ਾਮ। ਹਾਂਜੀ ਹਾਂਜੀ ਹਾਂਜੀ। ਅਤੇ ਮੁਕਾਬਲੇ ਜਿਹੜੇ ਓਪਨ ਦੇ ਆ ਇਹ ਲਾਸਟ ਡੇ ਹੋਣਗੇ ਜਾਂ 14 ਤਰੀਕ ਨੂੰ ਵੀ ਹੋਣਗੇ ਮੁਕਾਬਲੇ? ਨਹੀਂ ਜੀ, 15 ਤਰੀਕ ਨੂੰ ਹੋਣਗੇ ਜੀ ਫਾਈਨਲ ਵਾਲੇ ਦਿਨ। ਥੈਂਕ ਯੂ ਸੋ ਮੱਚ ਜੀ। ਹੋਰ ਕੁਛ ਕਹਿਣਾ ਚਾਹੁੰਦੇ ਹੋ ਜਿਹੜੇ ਦੇਖ ਰਹੇ ਨੇ ਦਰਸ਼ਕ, ਕੋਈ ਮੈਸੇਜ? ਬਸ ਮੈਂ ਉਹਨਾਂ ਨੂੰ ਇਹ ਮੈਸੇਜ ਦਿੰਦਾ ਵੀ ਕਬੱਡੀ ਨਾਲ ਜਿੰਨੇ ਵੀ ਬੰਦੇ ਜੁੜੇ ਆ ਸਾਡੇ NRI ਵੀਰ ਜਾਂ ਪਿੰਡ ਦੇ ਸਹਿਯੋਗੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸੋ ਮੱਚ ਜੀ। ਕੁਲਵੰਤ ਭਾਅ ਜੀ, ਤੁਹਾਡਾ ਵੀ ਸਵਾਗਤ ਹੈ ਟੀਮ ਪੰਜਾਬੀ ਦੇ। ਧੰਨਵਾਦ ਜੀ ਤੁਹਾਡਾ ਇੱਥੇ ਜੀ ਆਇਆਂ ਨੂੰ ਟੀਮ ਪੰਜਾਬੀ ਦਾ ਆਉਣ 'ਤੇ, ਅਤੇ ਸਾਰੇ ਦੇਖਣ ਵਾਲੇ ਜਿਹੜੇ ਦਰਸ਼ਕ ਆ, ਖੇਡਾਂ ਦੇ ਪ੍ਰੇਮੀ ਆ, ਕਬੱਡੀ ਦੇ ਪ੍ਰੇਮੀ ਆ, ਉਹਨਾਂ ਨੂੰ ਵੀ ਅਸੀਂ ਵੈਲਕਮ ਕਰਦੇ ਹਾਂ ਅਤੇ ਉਹ ਵੀ ਸਾਡੇ ਨਾਲ ਸਹਿਯੋਗ ਦੇਣ ਜੀ। ਜਿਹੜਾ ਟੂਰਨਾਮੈਂਟ ਹੋ ਰਿਹਾ ਕੱਲ੍ਹ ਨੂੰ ਸ਼ੁਰੂ 14 ਤਰੀਕ ਨੂੰ, ਗਰਾਊਂਡ ਆਲਰੇਡੀ ਰੈਡੀ ਹੋ ਰਹੀ ਆ ਜੀ, ਅਤੇ ਇਸ ਟੂਰਨਾਮੈਂਟ ਦੇ ਵਿੱਚ ਜਿਹੜੇ ਵੀਰਾਂ ਨੇ ਸਹਿਯੋਗ ਪਾਇਆ ਆ ਮਾਲੀ ਸਾਹਿਬ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਜਿਨ੍ਹਾਂ ਨੇ ਤੁਹਾਨੂੰ ਮਨੀ ਦਿੱਤੀ ਆ, ਪੈਸੇ ਦਿੱਤੇ ਨੇ, ਉੱਦਾਂ ਵੀ ਬਹੁਤ ਕੰਮ ਵਰਕਰ ਸਾਰੇ ਜਿਹੜੇ ਕੰਮ ਕਰ ਰਹੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿੰਨੇ ਵੀ ਵੀਰਾਂ ਨੇ ਮਾਇਕ ਸਹਾਇਤਾ ਦਿੱਤੀ ਆ, ਮਾਇਕ ਸਹਾਇਤਾ ਦੇਣ ਤੋਂ ਇਲਾਵਾ ਵੀ ਜਿਹੜੇ ਪਿੰਡ ਦੇ ਸਾਰੇ ਸਹਿਯੋਗੀ ਆ, ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਪਿੰਡ 'ਚੋਂ ਅਗਰਾਈ ਨਾ ਕਰੀਏ, ਸਾਰੇ NRI ਵੀਰ ਸਾਡਾ ਸਹਿਯੋਗ ਦੇਣ, ਪਰ ਫਿਰ ਵੀ ਕੁਛ ਸਾਨੂੰ ਪਿੰਡ ਤੋਂ ਵੀ ਅਗਰਾਈ ਮਿਲਦੀ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਥੈਂਕ ਯੂ ਸੋ ਮੱਚ ਜੀ। ਹੋਰ ਕੁਛ ਕਹਿਣਾ ਚਾਹੁੰਦੇ ਹੋ? ਲਾਸਟ 'ਤੇ ਮੈਚ ਤਾਂ ਮੇਰਾ ਖਿਆਲ 15 ਨੂੰ ਓਪਨ ਦੇ ਹੋਣਗੇ, ਪਰ ਉਹ ਕੋਈ ਮੈਸੇਜ ਜਿੰਨੇ ਵੀ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ? ਦੇਖੋ, ਇਹ ਇੱਕ ਖੇਡ ਪ੍ਰੇਮੀਆਂ ਦਾ ਮੇਲਾ ਆ, ਸਾਰਿਆਂ ਨੂੰ ਹੁੰਮ ਹੁਮਾ ਕੇ ਇਲਾਕਾ ਨਿਵਾਸੀਆਂ ਨੂੰ ਦੂਰ ਦੁਰਾਡੇ ਤੋਂ ਪਹੁੰਚਣਾ ਚਾਹੀਦਾ, ਅਤੇ ਤੁਹਾਡੀ ਟੀਮ ਪੰਜਾਬੀ ਜਿਹੜਾ ਕੰਮ ਕਰ ਰਹੀ ਆ ਉਹ ਸਾਰੇ ਵਰਲਡ ਦੇ ਵਿੱਚ ਦਿਖਾ ਰਹੀ ਆ। ਜਿਸ ਟਾਈਮ ਦੇ ਨਾਲ ਵੀ ਤੁਸੀਂ ਇਹਨੂੰ ਰਿਲੇ ਕਰੋਗੇ ਅਤੇ ਉਮੀਦ ਆ ਸਾਰੇ ਲੋਕ ਦੇਖਣਗੇ ਅਤੇ ਸਹਿਯੋਗ ਦੇਣਗੇ। ਆਉਣ ਵਾਲੇ ਸਮੇਂ 'ਚ ਹੋਰ ਵੀ ਸਾਨੂੰ ਸਹਿਯੋਗ ਦੀ ਕਾਮਨਾ ਆ ਅਤੇ ਅਸੀਂ ਖੇਡਾਂ ਨੂੰ ਪ੍ਰਫੁੱਲਿਤ ਕਰੀਏ, ਨੌਜਵਾਨਾਂ ਨੂੰ ਇਸ ਪਾਸੇ ਲਾਈਏ ਤਾਂ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਦਾ, ਆਪਣੇ ਸਮਾਜ ਦੇ ਵਿੱਚ, ਸੱਭਿਆਚਾਰ ਦੇ ਵਿੱਚ ਵਧੀਆ ਯੋਗਦਾਨ ਪਾਉਣ ਜੀ। ਥੈਂਕ ਯੂ ਸੋ ਮੱਚ ਸੰਧੂ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਧੰਨਵਾਦ ਤੁਹਾਡਾ। ਸਾਰਿਆਂ ਦਾ, ਤੁਹਾਡਾ ਆਇਆਂ ਦਾ ਧੰਨਵਾਦ ਅਤੇ ਸਾਰੇ ਹੋਰ ਵੀਰਾਂ ਦਾ ਅਤੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਟੀਮ ਪੰਜਾਬੀ 'ਤੇ ਲਾਈਵ ਤੁਸੀਂ ਦੇਖ ਸਕਦੇ ਹੋ 14 ਅਤੇ 15 ਮਾਰਚ ਨੂੰ ਪਿੰਡ ਸੰਮੀਪੁਰ ਦਾ ਪੇਂਡੂ ਖੇਡ ਮੇਲਾ ਜਿਹੜਾ ਦੂਸਰਾ ਹੋ ਰਿਹਾ। ਸੋ ਜਿੰਨੇ ਵੀ NRI ਵੀਰ ਅਤੇ ਪਿੰਡ ਦੇ ਜਿੰਨੇ ਵੀ ਵਾਸੀ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਇਹ ਟੂਰਨਾਮੈਂਟ ਹੋ ਰਿਹਾ। ਸੋ ਲਾਈਵ ਤੁਸੀਂ ਟੀਮ ਪੰਜਾਬੀ YouTube ਚੈਨਲ 'ਤੇ, ਫੇਸਬੁੱਕ 'ਤੇ ਅਤੇ IP ਬਾਕਸ ਜੋ ਕੈਨੇਡਾ ਦੇ ਵਿੱਚ ਤੁਸੀਂ ਘਰ ਬੈਠੇ ਦੇਖ ਸਕਦੇ ਹੋ। ਸੋ ਮਿਲਦੇ ਹਾਂ ਕੱਲ੍ਹ ਨੂੰ 14 ਤਰੀਕ ਨੂੰ ਸਟਾਰਟ ਹੋਏਗਾ ਟੂਰਨਾਮੈਂਟ। ਤਦ ਤੱਕ ਲਈ ਇਜਾਜ਼ਤ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।